ਤੇ ਜੁਲਫੀ ਸਾਈਕਲਾ ਬੜਾ ਦੋਵੇਂ ਸਿੰਧ ਨਿਕਲ ਜਾਓ ਰਹਿਣ ਤੋਂ ਬਲ ਕੇ ਮੈਂ ਆਪੇ ਜਾਣਾ ਵਾ ਬਾਦਸ਼ਾਹ ਤੁਹਾਡੇ ਕੋਲ ਵੀ ਕੋਈ ਕੰਮ ਕਰਾਇਆ ਕਰ ਜਿਹੜਾ ਕੋਈ ਕੰਮ ਹੁੰਦਾ ਤੂੰ ਅੱਛੂ ਕੋਲ ਕਰਾ ਲੈਣਾ ਅਸੀਂ ਘਰੋਂ ਅੰਬ ਲੈਣਾ ਉਹਨੇ ਚਲੋ ਠੀਕ ਬਾਦਸ਼ਾਹ ਸਲਾਮਤ ਦਾਰੀਏ ਨੂੰ ਪੜ ਕੇ ਸੁਣਾ ਬਾਦਸ਼ਾਹ ਜੀ ਇਹ ਲਿਖਾ ਹੈ ਇਨ ਦੋਨੋਂ ਕੋ ਫਾਂਸੀ ਦੇ ਦੀ ਜਾਏ ਬੇਟਾ ਜੀ ਤੂੰ ਪੜਿਆ ਨੀ ਮੈਨੂੰ ਸਮਝ ਆ ਗਈ ਜੋ ਦੇਸ਼ ਲਿਖਿਆ ਮੈਂ ਵੀ ਇੰਨਾ ਅਨਪੜ ਨੀ ਹੈਗਾ ਚੌਦਾ ਚਲੋ ਪੁੱਤ ਜੁਲਮ ਅੱਛੂ ਨੇ ਪਤਾ ਨੀ ਕੀ ਲਿਖਦਾ ਇਹਦੇ ਵਿੱਚ ਇਹੋ ਜਿਹਾ ਬਾਦਸ਼ਾਹ ਵੀ ਟੈਨਸ਼ਨ ਚ ਪੈ ਗਿਆ ਟੈਨਸ਼ਨ ਚ ਬਾਦਸ਼ਾਹ ਮੈਂ ਵੀ ਪੈ ਗਿਆ ਮੈਨੂੰ ਫਾਂਸੀ ਹੋਣ ਲੱਗੀ ਹਾਂ ਵੇ ਦੱਸੋ ਕਿਹਨੂੰ ਫਾਂਸੀ ਦਿੱਤੀ ਜਾਵੇ ਬਾਦਸ਼ਾਹ ਸਲਾਮਤ ਆ ਬਾਦਸ਼ਾਹ ਨੂੰ ਦੇ ਦੋ ਮੈਂ ਤਾਂ ਅੱਗੇ ਦਵਾਈ ਖਾਣਾ ਮੇਰੀ 6 ਦਿਨਾਂ ਦੀ ਦਵਾਈ ਰਹਿਣ ਦੀ ਵਿਹਲਾ ਹੀ ਰਹਿੰਦਾ ਘਰ ਮੇਰੀਆਂ ਦੋ ਕੁੜੀਆਂ ਜਵਾਨ ਨੇ ਦੋ ਮੁੰਡੇ ਰਹਿੰਦੇ ਇੱਕ ਭੀਖ ਮੰਗਦਾ ਤੇ ਦੂਸਰੀ ਇੱਕ ਨਾਲ ਭੱਜ ਗਈ ਤੇ ਯਾਰ ਜੇ ਤੁਹਾਡੇ ਅੱਗੇ ਬਾਦਸ਼ਾਹ ਸਲਾਮਤ ਗੁੱਡਾ ਬੁਲਾਉਂਦੋ ਬਾਦਸ਼ਾਹ ਤੂੰ ਦੱਸ ਓਏ ਐਣਕ ਤੇ ਲਾ ਲਓ ਜਾਲਮਾ ਬੜੀ ਮਹਿੰਗੀ ਆਈ ਆ ਬਾਦਸ਼ਾਹ ਆਪਣੀ ਆਖਰੀ ਖਾਹਿਸ਼ ਦੱਸ ਦੇ ਬਾਦਸ਼ਾਹ ਮੇਰਾ ਇਰਾਦਾ ਐਨਕ ਰੱਖ ਲਈ ਮਹਿੰਗੀ ਆ ਰੱਖ ਲਾ ਪੁੱਤ ਕਾਮ ਆਊ ਆਖਰੀ ਕਾਸ਼ ਦਾਸ਼ ਬਾਦਸ਼ਾਹ ਮੇਰੀ ਇਹੀ ਖੁਆਇਸ਼ ਹੈ ਕੱਚੂ ਨੂੰ ਚੜਾ ਦੋ ਫਾਂਸੀ ਤੇ ਮੈਨੂੰ ਛੱਡ ਦੋ ਇਹਨੂੰ ਛੱਡੋ ਇਹਨੂੰ ਫਾਂਸੀ ਚਲੇ ਜੁਬੀ ਆ ਗਏ ਥਾ ਬਾਲਾਂ ਦੇ ਤਰਾ ਪੁੱਟੋ ਵਾਲੋ ਤੁਲ ਕਰ ਰਹੇ ਹੋ ਜੁਲਣ ਬਾਦਸ਼ਾਹ ਟੋਪੀ ਰੱਖ ਲਈਏ ਪੁੱਤ ਟੋਪੀ ਵੀ ਲਾ ਆਖਰੀ ਕਾਸ਼ ਦਾਸ ਤੇ ਫਿੰਨੇ ਆ ਬਾਦਸ਼ਾਹ ਸਲਾਮਤ ਮੇਰੀ ਇਹੋ ਖੁਆਇਸ਼ ਹੈ ਕਿ ਮੈਨੂੰ ਅੱਜ ਫਾਂਸੀ ਚਾੜ ਦਿਓ ਮੈਨੂੰ ਅੱਗੇ ਦੋ ਵਾਰਾਂ ਫਰਿਸ਼ਤੇ ਲੈਣ ਆਏ ਉਹਨਾਂ ਜਵਾਬ ਦੇ ਦਿੱਤਾ ਲੈਟਰੀਨ ਦੇ ਵਿੱਚ ਚੁੱਕ ਚੁੱਕ ਕੇ ਮਾਰਿਆ ਬਾਦਸ਼ਾਹ ਸਲਾਮਤ ਮਿੰਟ ਮਾਰੋ ਅੱਜ ਅੱਗੇ ਦੋ ਜਗ੍ਹਾ ਦੇ ਵਿੱਚ ਫੋਨ ਆਇਆ ਮੈਨੂੰ ਦੋ ਜਗ੍ਹਾ ਦੇ ਵਿੱਚ ਜਗ੍ਹਾ ਨਹੀਂ ਹੈਗੀ ਮੇਰਾ ਦਾਦਾ ਦਵਾਰ 'ਤੇ ਬੈਠਾ ਜਲਦੀ ਮੈਨੂੰ ਫਾਂਸੀ ਦੇ ਦਿਓ ਮੈਂ ਜੰਨਤ ਦੇ ਵਿੱਚ ਜਾਵਾਂ ਅੱਗੇ ਫਰਿਸ਼ਤੇ ਵੇਟ ਕਰਨ ਡਏ ਨੇ ਮੇਰਾ ਅੱਛਾ ਇਹਨੂੰ ਕੱਢ ਦਿਓ ਇਹਨੂੰ ਚੜਾਓ ਫਾਂਸੀ ਦੇ ਇਹੋ ਜੀ ਕਿਹੜੀ ਅਖੀਰ ਆਏ ਜਿਹੜੀ ਤੁਸੀਂ ਮਰਨ ਨੂੰ ਭੱਜੇ ਹੋ ਅੱਜ ਜੰਨਤ ਦੇ ਵਿੱਚ ਖੁੱਲੀ ਜਗ੍ਹਾ ਹੈਗੀ ਹੈ ਆ ਬਾਦਸ਼ਾਹ ਜੀ ਕਿਹੜੀ ਆ ਵੀ ਆਪਾਂ ਤਾਂ ਆਈਏ ਜਿਹੜੇ ਜੰਨਤ 'ਚ ਜਾਂਦਾ ਹੈ ਜੰਨਤ ਤੇ ਬੜੇ ਚਾਹੋ ਮੈਨੂੰ ਜਾਣ ਚੜਾ ਦੋ ਫਿਰ ਫੱਟੇ ਤੇ ਖਿੱਚ ਦੋ ਅੱਛੂ ਪੁੱਤ ਮਸਾ ਹੀ ਬਚੇ ਮਾਰਦੇ ਮਾਰਦੇ ਆਹੋ ਬਾਦਸ਼ਾਹ ਸਲਾਮਤ ਮੈਂ ਤਾਂ ਨਾ ਜਾਨ ਛੁੱਟੀ ਲਾ ਕੋ ਪਾਇਆ ਪੁੱਤੂ ਲੌਟ ਕਰ ਘਰ ਕੋ ਆਇਆ